ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕ੍ਰਿਸ਼ਨ ਸਿੰਘ ਕਵੀਸ਼ਰ ਨਰਮਾਣਾ, ਸਾਥੀ ਹਾਕਮ ਸਿੰਘ ਉੱਬਾ, ਸੁਖਦੇਵ ਸਿੰਘ ਬਿੰਦਪੁਰਾ, ਜੀਤ ਸਿੰਘ ਗਾਮੀਵਾਲਾ। ਅੱਜ ਅਸੀਂ ਸਤਨਾਮ ਪਾਲੀਆ ਜੀ ਦੀਆਂ ਲਿਖੀਆਂ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ, ਜੋ ਲੜਕੀਆਂ ਬਾਰੇ ਨੇ। ਹਿੰਦੁਸਤਾਨ ਦੀਆਂ ਲੜਕੀਆਂ ਨੇ ਬੜੀਆਂ ਮੱਲਾਂ ਮਾਰੀਆਂ ਨੇ, ਪਰ ਕੁਝ ਲੜਕੀਆਂ ਕੋਰਟ ਮੈਰਿਜਾਂ ਕਰਕੇ ਮਾਪਿਆਂ ਦੇ ਅਰਮਾਨਾਂ ਦਾ ਘਾਣ ਵੀ ਕਰਦੀਆਂ ਨੇ। ਘਰ ਤੋਂ ਕਾਲਜ ਜਾਣ ਲੱਗੀ ਇੱਕ ਲੜਕੀ ਨੂੰ ਧੀ ਦਾ ਪਿਓ ਦੋ ਗੱਲਾਂ ਕਹਿਣ ਲੱਗੇ ਹੈ। ਲੈ ਹਾਕਮ ਸਿੰਘ ਬੋਲ ਕੇ ਦੱਸ ਕੀ ਕਹਿੰਦਾ। ਪੁੱਤਾਂ ਵਾਂਗੂ ਪਹਾੜਿਆ ਪੜਾਇਆ ਲਾਡੋ ਰਾਣੀਏ, ਹਰ ਬੋਲ ਤੇਰਾ ਮੈਂ ਪੁਗਾਇਆ ਲਾਡੋ ਰਾਣੀਏ। ਤੇਰੇ ਨਾਂ ਦੇ ਕਾਰਨ ਕਰਨ ਲੋਕ ਯਾਦ ਮੈਨੂੰ, ਤੇਰੇ ਨਾਂ ਦੇ ਕਾਰਨ ਕਰਨ ਲੋਕ ਯਾਦ ਮੈਨੂੰ, ਇਹ ਰੀਜ ਮੇਰੀ ਵੀ ਪੁਗਾਈ ਮੇਰੀ ਬੱਚੀਏ। ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ, ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ। ਜਾਨੋ ਵੱਧ ਚਾਹੁੰਦੇ ਲੈਂਦੇ ਸਾਹਾਂ ਵਿੱਚ ਸਾਹ ਨੇ, ਇੱਕ ਤਾਣ ਪਿੰਡ ਤੇਰੇ ਤੁਰਦੇ ਭਰਾ ਨੇ। ਉਹ ਕਦੇ ਨਾ ਕਹਾਈ ਜੇ ਨਾ ਕਿਸੇ ਕੋਲੋਂ ਓਏ, ਕਦੇ ਨਾ ਕਹਾਈ ਜੇ ਨਾ ਕਿਸੇ ਕੋਲੋਂ ਓਏ, ਨਾ ਅੱਖ ਨੀਵੀਂ ਉਹਨਾਂ ਦੀ ਕਰਾਈ ਮੇਰੀ ਬੱਚੀਏ। ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ, ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ। ਗੀਤਾਂ ਵਾਲਿਆਂ ਨੇ ਗੱਲ ਜਮਾਂ ਸਿਰੇ ਲਾ ਦਿੱਤੀ, ਹਰ ਕੁੜੀਏ ਨਾ ਭੈਣ ਹੀਰ ਦੀ ਬਣਾ ਦਿੱਤੀ। ਰੱਖ ਕੇ ਚਰਿੱਤਰ ਨੂੰ ਉੱਚਾ ਅਤੇ ਸੁੱਚਾ, ਰੱਖ ਕੇ ਚਰਿੱਤਰ ਨੂੰ ਉੱਚਾ ਅਤੇ ਸੁੱਚਾ, ਐਸੇ ਗੀਤਕਾਰਾਂ ਕੋਲੋਂ ਬਚ ਜਾਈ ਮੇਰੀ ਬੱਚੀਏ। ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ, ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ। ਜਿਹੀਆਂ ਬੱਚੀਆਂ ਨੇ ਮੱਲਾਂ ਬਹੁਤ ਮਾਰੀਆਂ, ਹੌਸਲੇ ਦੇ ਨਾਲ ਲਾਈਆਂ ਅੰਬਰੀ ਉਡਾਰੀਆਂ। ਕਲਪਨਾ ਚਾਵਲਾ ਸੁਨੀਤਾ ਵਾਂਗੂ ਤੂੰ ਵੀ, ਕਲਪਨਾ ਚਾਵਲਾ ਸੁਨੀਤਾ ਵਾਂਗੂ ਤੂੰ ਵੀ, ਤਾਂ ਕਿ ਅੰਬਰਾਂ ਦੇ ਸੀਨਿਆਂ ਨੂੰ ਲਾਈ ਮੇਰੀ ਬੱਚੀਏ। ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ, ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ। ਉੱਡ ਗਈਆਂ ਦੇ ਮਾਪੇ ਜਿਉਂਦੇ ਮਰ ਜਾਂਦੇ ਨੇ, ਮੌਤ ਨਾਲੋਂ ਮਾੜੀ ਜੂਨ ਪਾਲੀਏ ਹਡਾਉਂਦੇ ਨੇ। ਉਹਨਾਂ ਵਾਂਗੂ ਰੋਲ ਸਾਡੇ ਦਿਲੀ ਅਰਮਾਨ, ਉਹਨਾਂ ਵਾਂਗੂ ਰੋਲ ਸਾਡੇ ਦਿਲੀ ਅਰਮਾਨ, ਸਾਨੂੰ ਜਿਉਂਦਿਆਂ ਨੂੰ ਮਾਰਨਾ ਮੁਕਾਈ ਮੇਰੀ ਬੱਚੀਏ। ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ, ਦਾਗ ਮੇਰੀ ਪੱਗ ਨੂੰ ਨਾ ਲਾਈ ਮੇਰੀ ਬੱਚੀਏ।